ਅੱਜ ਮੈਂ ਤੁਹਾਨੂੰ ਬਹੁਤ ਪਿਆਰੇ ਸ਼ਹਿਰ ਲੈ ਕੇ ਚੱਲਿਆ। ਮੇਰੇ ਬਚਪਨ ਦੀਆਂ ਯਾਦਾਂ, ਅੱਜ ਮੈਂ ਤੁਹਾਨੂੰ ਦਿਖਾਉਂਗਾ ਪੇੜੇ ਕਿੱਦਾਂ ਬਣਦੇ ਆ। ਪੰਜਾਬੀਆਂ ਦੇ ਤਰੀਕੇ ਦੇਖੋ, ਚਾਹ ਦੇ ਅਸੀਂ ਇੱਕ ਇੱਕ ਕੱਪ ਪੀਣਾ ਤੇ ਸਾਨੂੰ ਪੇੜੇ ਕਿੰਨੇ ਦੇਰ ਤੇ ਖਾਣ ਨੂੰ। ਤੇ ਹੱਟੀ ਕਿੱਥੇ ਆ? ਚੱਕ ਕੇ ਦਿੱਤੇ ਚੱਕ ਤੇ ਹੁਣ ਤੁਸੀਂ ਦਿੱਤੇ ਆ, ਪਿਆਰ ਨਾਲ ਤਾਂ ਅਸੀਂ ਖਾਣੇ ਹੀ ਆ। ਹੈ ਬਈ, ਇੱਕ ਪੇੜੇ ਦੇ ਦੋ ਪੇੜੇ ਬਣਾ ਤੇ ਤੇ ਮੈਨੂੰ ਤੇ ਸੰਗਤਾਰ ਨੂੰ ਦੇ ਦਿੱਤੇ, ਕਹਿੰਦੇ ਲਓ ਖਾਓ ਪੇੜੇ। ਹਾਂ ਦੇਖੋ, ਮੇਰੇ ਪਿੱਛੇ ਲਿਖਿਆ ਚੱਕ ਨਾਥਾਂ ਮੇਰੇ ਨਾਨਕੇ ਆ। ਉੱਥੋਂ ਤੁਰ ਕੇ ਮੈਂ ਜੇਜੋਂ ਆਉਂਦਾ ਹੁੰਦਾ ਸੀ। ਮੇਰੀਆਂ ਇੰਨੀਆਂ ਯਾਦਾਂ ਇਸ ਚੀਜ਼ ਨਾਲ ਜੁੜੀਆਂ ਆ, ਇਸ ਹੱਟੀ ਨਾਲ ਜੁੜੀਆਂ ਆ। ਅੱਜ ਤੁਹਾਡੇ ਸਾਹਮਣੇ ਇਸ ਤਾਜ਼ੇ ਦੁੱਧ ਨੂੰ ਕਾਢ ਕੇ ਬਣਨੇ ਆ ਸਾਡੇ ਲਈ ਪੇੜੇ। ਨਹੀਂ ਬਸ ਚਾਹ ਕਰੋ, ਹੁਣ ਪੇੜੇ ਖਵਾਓ ਸਾਨੂੰ। ਆ ਜਾਓ ਫਿਰ ਦੇਖੀਏ ਦੁਨੀਆਂ 'ਚ ਸਭ ਤੋਂ ਸਵਾਦ ਪੇੜੇ ਕਿੱਥੇ ਅਤੇ ਕਿੱਦਾਂ ਬਣਦੇ ਆ। ਜਦੋਂ ਤੁਸੀਂ ਜੇਜੋਂ ਸ਼ਹਿਰ ਨੂੰ ਜਾਂਦੇ ਆ ਤਾਂ ਸੜਕ ਦੇ ਆਲੇ ਦੁਆਲੇ ਇੰਨੇ ਰੁੱਖ ਆ, ਅਤੇ ਇਸ ਤਰ੍ਹਾਂ ਦੇ ਰੁੱਖ ਆ, ਇੱਦਾਂ ਛਤਰੀ ਬਣੀ ਹੋਵਾਂ ਦਰੱਖਤਾਂ ਦੀ ਧੁਰ ਤੱਕ, ਜਿੱਦਾਂ ਇਸ ਦੁਨੀਆਂ ਤੋਂ ਦੂਰ ਕਿਸੇ ਹੋਰ ਦੁਨੀਆਂ ਨੂੰ ਇਹ ਸੜਕ ਜਾਂਦੀ ਹੋਵੇ, ਕਿਸੇ ਫਰਿਸ਼ਤੇ ਦੇ ਘਰ ਨੂੰ ਇਹ ਸੜਕ ਜਾਂਦੀ ਹੋਵੇ। ਅਤੇ ਹੈ ਵੀ ਇਸੇ ਤਰ੍ਹਾਂ, ਕਿਉਂ? ਕਿਉਂਕਿ ਉਸ ਦੁਨੀਆਂ ਦਾ ਰੌਲੇ ਗੌਲੇ ਨਾਲ ਕੋਈ ਮਤਲਬ ਨਹੀਂ ਜਿੱਥੇ ਅੱਜ ਮੈਂ ਤੁਹਾਨੂੰ ਲੈ ਕੇ ਚੱਲਿਆ। ਲਓ ਜੀ, ਪਹੁੰਚ ਗਏ ਅਸੀਂ ਜੇਜੋਂ। ਕਹਿੰਦੇ ਹੁੰਦੇ ਆ ਜਿਹੜੇ ਮੋਤੀ ਆ ਉਹ ਹਮੇਸ਼ਾ ਸਿੱਪੀਆਂ 'ਚੋਂ ਲੱਭਦੇ ਆ, ਇਸੇ ਤਰ੍ਹਾਂ ਜਿਹੜੀ ਪੁਰਾਣੀ ਖੁੱਟਾਂ ਦੀ ਹੱਟੀ ਆ ਪੇੜਿਆਂ ਦੀ, ਇਹ ਵੀ ਅੰਦਰ ਜਾ ਕੇ ਆ ਲੱਭਣੀ ਪੈਂਦੀ ਆ ਇਹਨਾਂ ਗਲੀਆਂ ਦੇ ਵਿੱਚੋਂ ਜਾ ਕੇ। ਅਤੇ ਜੇ ਪੇੜੇ ਬਣਦੇ ਵੇਖਣੇ ਆ ਤਾਂ ਇਸ ਵਕਤ 'ਤੇ ਪਹੁੰਚ ਜਾਓ, ਕਿਉਂਕਿ ਦੁੱਧ ਤਾਂ ਸਵੇਰੇ ਸਵੇਰੇ ਕਾਢਿਆ ਜਾਣਾ। ਅਤੇ ਇਹਨਾਂ ਗਲੀਆਂ 'ਚੋਂ ਹੁੰਦੇ ਹੋਏ ਮੈਂ ਹਮੇਸ਼ਾ ਆਪਣੀ ਕਾਰ ਇਸ ਪਿੱਪਲ ਦੇ ਥੱਲੇ ਪਾਰਕ ਕਰਦਾ। ਫਿਰ ਇਹਨਾਂ ਗਲੀਆਂ ਦੇ ਵਿੱਚੋਂ ਲੰਘ ਕੇ ਪੁਰਾਣੀਆਂ ਬਿਲਡਿੰਗਾਂ ਵੇਖੋ, ਅਤੇ ਆਹ ਮੋੜ ਮੁੜ ਕੇ ਆ ਗਏ ਖੁੱਟਾਂ ਦੀ ਪੁਰਾਣੀ ਹੱਟੀ। ਅਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਹੱਲੇ ਸਫਾਈਆਂ ਹੁੰਦੀਆਂ ਸੀ ਅਤੇ ਤਾਜ਼ਾ ਦੁੱਧ ਹੱਲੇ ਪਹੁੰਚਿਆ ਹੀ ਸੀ। ਹੁਣ ਦਾੜਨਾ ਕਾਦੇ ਤੇ ਹੱਲੇ ਘੰਟੇ ਨੂੰ ਕਾੜਨਾ, ਹੱਲੇ ਕਾੜਨਾ ਨੀ। ਅੱਜ ਤੁਹਾਡੇ ਸਾਹਮਣੇ ਇਸ ਤਾਜ਼ੇ ਦੁੱਧ ਨੂੰ ਕਾਢ ਕੇ ਬਣਨੇ ਆ ਸਾਡੇ ਲਈ ਪੇੜੇ। ਨਹੀਂ ਬਸ ਚਾਹ ਕਰੋ, ਹੁਣ ਪੇੜੇ ਖਵਾਓ ਸਾਨੂੰ। ਆਪਣੇ ਪੁਰਾਣੇ ਮਿੱਤਰਾਂ ਨੂੰ ਮਿਲੇ ਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਲੱਗੇ, ਕਿਉਂਕਿ ਯਾਦਾਂ ਹੀ ਅਸਲੀ ਜ਼ਿੰਦਗੀ ਆ, ਬਾਕੀ ਤਾਂ ਹਾਲੇ ਇਮੈਜੀਨੇਸ਼ਨ ਆ। ਚਾਹ ਪਿਓ। ਮੈਂ ਤਾਂ ਪੁੱਛਦਾ ਸੀ, ਮੈਂ ਕਿਹਾ ਭਾਜੀ ਕਿੱਥੇ ਗਏ ਆ? ਦੇਖੋ ਦੁੱਧ ਫਰੈਸ਼ ਆਇਆ ਤੇ ਸਫਾਈ ਕਿੰਨੀ ਆ, ਸਭ ਤੋਂ ਬੜੀਆਂ ਗੱਲਾਂ ਇਹ ਆ। ਹੱਟੀਆਂ ਤਾਂ ਹੋਰ ਵੀ ਹੈਗੀਆਂ, ਇਹ ਜਦੋਂ ਤੁਸੀਂ ਆਉਂਦੇ ਆ ਨਾ ਤਾਂ ਇਹ ਅੰਦਰ ਆਉਣਾ ਪੈਂਦਾ ਆ, ਇਹ ਹੱਟੀ ਅੰਦਰ ਆ ਕੇ ਆ। ਪੇੜੇ ਸਵਾਦ ਕਿਉਂ ਆ? ਪਹਿਲੀ ਗੱਲ ਤਾਂ ਇਹ ਗਾਈਆਂ ਮੱਝਾਂ ਚੁਗਦੀਆਂ ਆ, ਇਹ ਡੈਰੀਆਂ 'ਚੋਂ ਨਹੀਂ ਆਉਂਦਾ ਦੁੱਧ, ਜਿਹੜਾ ਦੁੱਧ ਆਉਂਦਾ ਉਹ ਚੁਗਦੀਆਂ ਆ ਮੱਝਾਂ ਗਾਈਆਂ, ਅਤੇ ਉਹਨਾਂ ਨੂੰ ਕੋਈ ਖੁਰਾਕ ਨਹੀਂ ਪਾਈ ਉਹ ਵਾਧੂ, ਉਹਨਾਂ ਨੂੰ ਕੋਈ ਟੀਕਾ ਨਹੀਂ ਉਹਨਾਂ ਦੇ ਲੱਗਾ ਆ। ਸੋ ਔਰਗੈਨਿਕ ਦੁੱਧ ਆ, ਚਿੱਟ ਵਰਗਾ ਦੁੱਧ ਆ, ਸੰਘਣਾ ਦੁੱਧ ਆ, ਅਤੇ ਉਹ ਇੱਥੇ ਦੁੱਧ ਆਉਂਦਾ ਅਤੇ ਬਹੁਤ ਮਿਹਨਤ ਦੇ ਨਾਲ ਆ। ਦੇਖੋ ਭੱਠੀਆਂ ਗਿੱਡ ਗਿੱਡੀਆਂ ਇਹਨਾਂ ਦੀਆਂ, ਇੱਥੇ ਮਿਹਨਤ ਦੇ ਨਾਲ ਇਹ ਕਾਢਦੇ ਆ, ਫਿਰ ਤਾਂ ਕਰਕੇ ਇਹ ਪੇੜੇ ਸਵਾਦ ਆ। ਕਿਉਂਕਿ ਜਿਹੜੀਆਂ ਸਬਜ਼ੀਆਂ ਵੀ ਆ, ਕਹਿ ਦਿੰਦੇ ਜੀ ਪੰਜਾਬ ਦੀਆਂ ਸਬਜ਼ੀਆਂ ਬਹੁਤ ਸਵਾਦ ਆ, ਇਸ ਕਰਕੇ ਮਿੱਟੀ ਕਰਕੇ ਵੀ ਆ। ਸੋ ਜਿਹੜੀ ਇੱਥੇ ਦੀ ਮਿੱਟੀ ਆ ਉਹ ਜੰਗਲੀ ਮਿੱਟੀ ਆ, ਉਹਨੂੰ ਸਦੀਆਂ ਤੋਂ ਕਿਸੇ ਨੇ ਟੱਚ ਨਹੀਂ ਕੀਤਾ ਆ। ਜੋ ਉੱਥੇ ਘਾਹ ਉੱਗਦਾ ਉਹ ਗਾਈਆਂ ਮੱਝਾਂ ਚੁਗਦੀਆਂ ਆ। ਸੋ ਜਿਹੜੀ ਪ੍ਰੋਡਕਟ ਆ ਉਹ ਤਾਂ ਐਂਡ ਨੂੰ ਦੁੱਧ ਦੀ ਬਣਨੀ ਆ, ਸੋ ਇਸ ਕਰਕੇ ਇਹ ਚੀਜ਼ਾਂ ਸਵਾਦ ਆ। ਜ਼ਿਆਦਾ ਮੇਰੇ ਬਚਪਨ ਦੀਆਂ ਯਾਦਾਂ, ਅੱਜ ਮੈਂ ਤੁਹਾਨੂੰ ਦਿਖਾਊਂਗਾ ਪੇੜੇ ਕਿੱਦਾਂ ਬਣਦੇ ਆ। ਅਤੇ ਹੱਟੀ ਕਿੱਥੇ ਆ? ਤੁਸੀਂ ਇੱਥੋਂ ਆ ਕੇ ਲੈਣਾ ਪੇੜੇ। ਆਹ ਦੇਖੋ ਬਣ ਲੱਗੀ ਆ ਮੇਰੇ ਲਈ ਤਾਜ਼ੀ ਦੇਸੀ ਚਾਹ, ਜਿਹਦੇ ਨਾਲ ਮੈਂ ਤਾਜ਼ੇ ਦੇਸੀ ਪੇੜੇ ਖਾਣੇ ਆ। ਕੋਈ ਚੀਜ਼ ਸਵਾਦ ਬਣਾਉਣ ਦਾ ਸਭ ਤੋਂ ਬੜਾ ਸੀਕਰੇਟ ਇਹੀ ਆ ਕਿ ਕਿਹੜੀ ਚੀਜ਼ ਕਿਹੜੇ ਵੇਲੇ ਪੈਣੀ ਆ। ਆਹ ਦੇਖੋ ਆ ਗਿਆ ਚਾਹ 'ਚ ਦੁੱਧ ਪਾਉਣ ਦਾ ਟਾਈਮ। ਚੀਜ਼ ਤਾਂ ਸਵਾਦ ਬਣਨੀ ਆ, ਮਿਣ ਕੇ ਥੋੜਾ ਪਾਇਆ ਦੁੱਧ। ਇਹ ਬੜੀ ਇਲਾਇਚੀ ਰਗੜ ਹੁੰਦੀ ਆ ਜਿਹੜੀ ਮੇਰੀ ਚਾਹ 'ਚ ਪੈਣੀ ਆ। ਇਹਨੂੰ ਕਹਿੰਦੇ ਕੁੱਟਣਾ, ਇਹਨੂੰ ਕਹਿੰਦੇ ਰਗੜਨਾ। ਪੰਜਾਬੀਆਂ ਦੇ ਤਰੀਕੇ ਦੇਖੋ, ਚਾਹ ਦੇ ਅਸੀਂ ਇੱਕ ਇੱਕ ਕੱਪ ਪੀਣਾ ਅਤੇ ਸਾਨੂੰ ਪੇੜੇ ਕਿੰਨੇ ਦੇਰ 'ਤੇ ਖਾਣ ਨੂੰ, ਹੁਣ ਸਾਨੂੰ ਖਾਣੇ ਪੈਣੇ। ਚੀਜ਼ ਤਾਂ ਸਵਾਦ ਬਣਨੀ ਆ, ਮਿਣ ਕੇ ਥੋੜਾ ਪਾਇਆ ਦੁੱਧ, ਨਾ ਪੇੜੇ ਮਿਣ ਕੇ ਦਿੱਤੇ ਆ, ਬਸ ਪਲੇਟ ਭਰਤੀ। ਨਾਲੇ ਦੁੱਧ ਕਿੰਨਾ ਸਾਫ਼ ਆ ਅਤੇ ਦੁੱਧ ਕਿੰਨਾ
गाढ़ा आया। मैं जिदा थोन दस्या कि इदा का दुध होर मिलना ही नहीं पंजाब च कितने, और दुध के ही पेड़े बनते हैं। हले तो सफाइया सफाइया हो रही कहते दो घंटे तो सानू सफाई कर लगना, असी हरेक चीज साफ करनी है फिर असी पेड़े काटने हैं। तो हूँ इन्हों घंटा सफाई करद हो गया, सानू आया भी घंटा हो गया हूँ, तो कहते हले घंटा सानू होर लगना। दो तीन साल बाद आए थी ना करोना करके, आए नहीं फिर कनेडा रहे, हूँ पेड़ ना आपे तकड़ी हो जानी है। गूगल मैप चलाना है क्योंकि मेनू सड़कां दा की पता, मैं कदे आस्ट्रेलिया कदे किसी कंट्री जाना, गूगल मैप चलाना है। पर जब मैं इत्थे आना आ मैनू गूगल मैप की थोड़ा जरूरत है, बचपन तो माना हाँ पहला कच्चिया सी फेटा लग गई, इतने तिलक जाना बरसात में डिगिया बहुत बारी, इतने बरसात लंबिया बहुत सी बचपन दिया यादा। चाह बना आप ही पाना, मैं पाना जिदा दी तुसी पीने उदा दी सानू बनाउणी आ, उदा दी पीओ साडे वर्गी पी लो, होर ना शहरों वाली बना दिओ, दे शहर वाली बना, कोई पिंडों वाली बना दे, लावे पिंडा वाली चाहीदी मैनू, पिंडा वाली चक्क दे, हुण तुसी पिछली बारी जद मैं आया ना इत्थे, ओह वीर जी गोआ काढ़दे सीगे इत्थे इंग्लैंड तो आयो सीगे पेड़े लैण, हैरानी दी गल इन्नी मैं उन्हां दे घर गाया सीगा, ओह कहिंदे तूं साडे मुंडे दे विआह ते गाया सी, असीं इत्थे रिश्तेदारी कढ लई, आखरी पेड़ आया हुण तूं खाणा कि मैं हुण जिद्दां तुहानूं पता ही आ असीं पेड़े खांदे सीगे ते असीं खुट्टां दी हट्टी गलियां दे विच्चों आ के असीं इत्थे पहुंचे हां, ते मेरे नानके नाल ही आ चक नाथा। हाँ देखो मेरे पिछे लिखिया है चक नाथा, चक नाथा मेरे नानके आ, उत्थों तुर के मैं जेजों आता हुंदा सी, ते उत्थों मैं तुर के इत्थे बचपन दे विच आउंदा हुंदा सी अपने मामा जी दे नाल, ते मैं तुहानूं गल सुणाउणा कि एक वारी साडे माता जी इत्थों पेड़े लैके गए, ते जिस वेले मैं पेड़ियां दा डब्बा चक्किया ते मुद्दा हो गया डब्बा, सारे पेड़े डिग पाए मिट्टी दे विच, ते एक पेड़ा बच गया, ते साडी माता जी ने साडे मम्मी जी ने असी बीबी जी कहने आ, साडे माता जी ने वो पेड़ा चक्किया ते एक पेड़े दे दो पेड़े बनाते, ते मैनू ते संगतार नू देते कहंदे लाओ खाओ पेड़े। मेरियां इन्नियां यादां इस चीज़ नाल जुड़ियां आ, इस हट्टी नाल जुड़ियां आ, ते इत्थे पहलां इट्टां नहीं लगियां हुंदियां सी, ते मैं तुर के आउंदा हुंदा सी, ते बरसातां नू मैं कई वारी इत्थे डिगिया इन्हां गलियां च। हाँ मैं ये दसना सी जिहड़ा जेजों शहर आ ना, ये पंजाब दा आखरी शहर आ, ये तो बाद हिमाचल प्रदेश शुरू हो जाता, असी जावांगे हुण हिमाचल प्रदेश भी, हिमाचल प्रदेश शुरू हो जाता जिथे हिंदी बोली जाती है, तो जिहड़ा मेरा पिंड आ वो मेरे नानकियां दे पिंड तो भी पहला आउंदा आ, ते साडे पिंडां दे विच मैं गया सा मैं गई सी इदां कह के गल करदे आ, पर कई जिहड़ियां इंटरनेशनल सैलिब्रिटीज़ आ उन्होंने अपनी जबान थोड़ी बदल ली ता कि वो एक खेतरी जबान ना लगे, पर मैं उन्होंने बदलिया नहीं, क्योंकि जिहड़ा साडा पिंड आ उत्थे कहिंदे आ मैं गया सा मैं गई सी, जिहड़े मेरे नानके आ उत्थे कहिंदे आ मैं गया ता मैं गई ती, नाल ही हिमाचल प्रदेश की हद आ जाती, हुण जेजों खत्म होया हिमाचल प्रदेश शुरू हो गया उत्थे हिंदी बोली जाती है, और उत्थे कहिंदे आ मैं गया था मैं गई थी, जबाना चेंज किदां होईयां सरहद के हिसाब के नाल, जबान भी बदल जाती है।
ਸੋ ਇਸੇ ਤਰੀਕੇ ਨਾਲ ਬਾਕੀ ਦੁਨੀਆ ਦੇ ਦੇਸ਼ ਆ ਕਿਤੇ ਫ੍ਰੈਂਚ ਬੋਲੀ ਜਾਂਦੀ ਆ ਕਿਤੇ ਕੋਈ ਜ਼ਬਾਨ ਬੋਲੀ ਜਾਂਦੀ ਕਿਤੇ ਉਰਦੂ ਬੋਲੀ ਜਾਂਦੀ ਕਿਤੇ ਅਰਬੀ ਬੋਲੀ ਜਾਂਦੀ ਆ ਉਹਨਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਫਰਕ ਆ ਪਰ ਜਿਸ ਵੇਲੇ ਅਸੀਂ ਤੁਰਦੇ ਜਾਂਦੇ ਇੱਕ ਸਰਹੱਦ ਕ੍ਰੋਸ ਕਰਦੇ ਹਾਂ ਤਾਂ ਤੁਹਾਨੂੰ ਸਿਮਿਲੈਰਿਟੀਜ਼ ਬਹੁਤ ਵੇਖਣ ਨੂੰ ਮਿਲਦੀਆਂ ਲੈਂਗੁਏਜਸ ਦੇ ਵਿੱਚ ਮੈਂ ਇਹ ਨੋਟਿਸ ਕੀਤਾ ਦੁਨੀਆ ਦੇ ਵਿੱਚ ਘੁੰਮ ਕੇ ਅਤੇ ਅਸੀਂ ਪੇੜੇ ਖਾ ਲਏ ਆ ਹੁਣ ਅਸੀਂ ਰੱਜੇ ਹਾਂ ਜਿੰਨੇ ਸਾਨੂੰ ਦਿੱਤੇ ਅਸੀਂ ਖਾ ਲਏ ਪਤਾ ਨਹੀਂ ਕਿਲੋ ਸੀਗੇ ਉਹ ਕਿੰਨੇ ਸੀਗੇ ਤੁਸੀਂ ਵੇਖਿਆ ਹੀ ਆ ਖਾ ਲਿਆ ਅਸੀਂ ਸਾਰਾ ਅਸੀਂ ਇੱਥੇ ਪੂਰੇ 8 ਵਜੇ ਪਹੁੰਚ ਗਏ ਸੀਗੇ ਜਿਸ ਵੇਲੇ ਅਸੀਂ ਆਉਂਦੇ ਸੀਗੇ ਤਾਂ ਸੂਰਜ ਹਲੇ ਅੱਖਾਂ ਜਿਹੀਆਂ ਮਾਰਦਾ ਸੀਗਾ ਮੜ ਮੜੀਆਂ ਐਵੇਂ ਕਿਸੇ ਵੇਲੇ ਦਰਖਤ ਆ ਜਾਂਦੇ ਸੀਗੇ ਸੂਰਜ ਸਾਨੂੰ ਨਹੀਂ ਦਿਸਦਾ ਸੀ ਕਿਸੇ ਵੇਲੇ ਪੂਰਾ ਕਲੀਅਰ ਆ ਜਾਂਦਾ ਸੀ ਤਾਂ ਸਾਨੂੰ ਸੂਰਜ ਮਾੜਾ ਮਾੜਾ ਦਿਸਦਾ ਸੀਗਾ ਮੈਂ ਸੋਚਦਾ ਆਉਂਦਾ ਸੀਗਾ ਮੈਂ ਕਿਹਾ ਜਿਹੜੇ ਸਾਡੇ ਭੈਣ ਭਰਾ ਹੋਰ ਦੇਸ਼ਾਂ ਦੇ ਵਿੱਚ ਵੱਸਦੇ ਆ ਉਹਨਾਂ ਦੇ ਹੁਣ ਸੂਰਜ ਛੁਪਿਆ ਹੋਣਾ ਸਾਡੇ ਚੜ੍ਹ ਗਿਆ ਹੁਣ ਕਿਉਂਕਿ ਸੂਰਜ ਤੋਂ ਬਗੈਰ ਦੁਨੀਆ 'ਤੇ ਲਾਈਫ ਸੰਭਵ ਨਹੀਂ ਹੈ ਜੇ ਸੂਰਜ ਨਾ ਹੋਵੇ ਤਾਂ ਫਿਰ ਜ਼ਿੰਦਗੀ ਵੀ ਨਹੀਂ ਰਹਿਣੀ ਹਾਂ ਵਾਇਰਸ ਵਗੈਰਾ ਰਹਿ ਜਾਊਗੇ ਪਰ ਵਾਇਰਸ ਵੀ ਕਿੱਦਾਂ ਰਹੂਗਾ ਵਾਇਰਸ ਨੇ ਵੀ ਐਂਡ ਨੂੰ ਸੈੱਲ 'ਚ ਹੀ ਰਹਿਣਾ ਆ ਜਿਹਦੇ 'ਚ ਮਾਈਟੋਕੋਂਡ੍ਰੀਆ ਆ ਚਲੋ ਐਨੀਵੇਜ਼ ਲੌਂਗ ਸਟੋਰੀ ਸ਼ੋਰਟ ਮੈਂ ਕਹਿੰਦਾ ਸੋਚਦਾ ਸੀਗਾ ਕਿ ਜਿੱਥੇ ਸਾਡੇ ਭੈਣ ਭਰਾ ਸਾਰੀ ਦੁਨੀਆ ਦੇ ਵਿੱਚ ਵੱਸਦੇ ਆ ਕਿ ਉੱਥੇ ਰਾਤ ਹੋ ਗਈ ਹੋਣੀ ਆ ਅੱਧੀ ਰਾਤੀ ਗੱਲਬਾਤ ਹੁੰਦੀ ਹੈ ਕੈਨੇਡਾ ਵਿੱਚ ਦਿਨ ਹੁੰਦਾ ਹੈ ਤਾਂ ਇੰਡੀਆ 'ਚ ਰਾਤ ਹੁੰਦੀ ਹੈ ਕਿ ਉਹ ਪੁੱਠਾ ਚੱਲਦਾ ਹੈ ਮੈਂ ਇਹ ਦੇਖਦਾ ਸੀਗਾ ਕਿ ਉੱਧਰ ਸੂਰਜ ਜਿਹੜਾ ਛੁਪਿਆ ਮੇਰੇ ਉਹੀ ਸੂਰਜ ਚੜ੍ਹ ਰਿਹਾ ਉਹ ਉਹਨੂੰ ਛੁੱਪਦੇ ਨੂੰ ਵੇਖ ਰਹੇ ਆ ਮੈਂ ਉਹਨੂੰ ਚੜ੍ਹਦੇ ਨੂੰ ਵੇਖ ਰਿਹਾ ਡੁੱਬਦਾ ਸੂਰਜ ਹੋਰ ਵੀ ਸੂਹਾ ਹੋ ਗਿਆ ਤੇਰੇ ਵਿਛੜਨ ਜਿਹੀਆਂ ਭਾਹਾਂ ਮਾਰੀਆਂ ਜਦੋਂ ਸੂਰਜ ਡੁੱਬਣ ਲੱਗਦਾ ਤਾਂ ਲਾਲ ਰੰਗ ਦਾ ਹੋ ਜਾਂਦਾ ਡੁੱਬਦਿਆਂ ਸੂਰਜਾਂ ਦਾ ਸੂਹਾ ਸੂਹਾ ਮੂੰਹੇ ਭੁੱਲਣੀ ਨਾ ਯਾਦ ਤੇਰੀ ਲੱਭਣਾ ਨਾ ਤੂੰ ਏ ਕਹਿੰਦਾ ਜਿੱਦਾਂ ਤੂੰ ਵਿਛੜਨ ਲੱਗੀ ਦਾ ਤੇਰੀ ਦਾ ਤੇਰਾ ਮੂੰਹ ਲਾਲ ਹੋ ਗਿਆ ਸੀ ਨਾ ਸੂਰਜ ਵੀ ਇੱਦਾਂ ਹੀ ਲਾਲ ਹੋ ਗਿਆ ਮੈਥੋਂ ਵਿਛੜਨ ਲੱਗਾ ਪਰ ਉਹਨਾਂ ਤੋਂ ਵਿਛੜ ਰਿਹਾ ਮੈਨੂੰ ਮਿਲ ਰਿਹਾ ਮੈਂ ਇਹ ਅੱਜ ਵੇਖਦਾ ਸੀ ਕਿ ਜਿੱਦਾਂ ਕਿਸੇ ਬਿਲਡਿੰਗ ਦੇ ਮੂਹਰੇ ਬਹੁਤ ਤਕੜਾ ਗਾਰਡ ਖੜ੍ਹਾ ਹੋਵੇ ਹੁਣ ਉਹਦੀ ਸ਼ਿਫਟ ਮੁੱਕ ਗਈ ਹੋਵੇ ਉਹ ਸੌਂ ਗਿਆ ਹੋਵੇ ਤਾਂ ਦੂਜਾ ਗਾਰਡ ਆ ਕੇ ਖੜ੍ਹਾ ਹੋ ਗਿਆ ਹੋਵੇ ਇੱਦਾਂ ਮੈਨੂੰ ਸੂਰਜ ਲੱਗਾ ਅੱਜ ਜਿੱਦਾਂ ਸਾਡੀ ਇੱਕ ਰਖਵਾਲੀ ਦੇ ਲਈ ਇੱਕ ਗਾਰਡ ਹੋਵੇ ਇਹ ਵੀਰ ਜੀ ਕਿੰਨੇ ਕਿਲੋ ਦੁੱਧ ਆ ਫਿਰ 5 ਕਿਲੋ ਇਹ ਸਿਰਫ 5 ਕਿਲੋ ਇੱਕ ਵਾਰ ਬਣ ਰਿਹਾ ਜਿੱਦਾਂ ਜਿਸ ਵੇਲੇ ਗੁੜ ਬਣਾਉਂਦੇ ਆ ਨਾ ਤਾਂ 64 ਕਿਲੋ ਗੰਨੇ ਦਾ ਰਸ ਪਾਈਦਾ ਜਾਣੀ ਕਿ 4 ਪੀਪੇ 1 ਪੱਤ ਬਣਦੀ ਹੈ ਉਹਦੇ ਵਿੱਚੋਂ ਫਿਰ ਥੋੜ੍ਹਾ ਜਿਹਾ ਗੁੜ ਬਣਦਾ ਕਾਢ ਕਾਢ ਕੇ 2 ਘੰਟੇ 1.25 ਘੰਟੇ ਲੱਗ ਜਾਂਦੇ ਆ ਅਤੇ ਇਹ ਸਿਰਫ ਦੁੱਧ ਦਾ ਉੱਧਰ ਬਲਟੋ ਭਰਿਆ ਪਿਆ ਜਾਣੀ ਕਿ 5 ਕਿਲੋ ਹੀ ਇੱਕ ਵਾਰੀ ਪਾਉਂਦਾ ਆ ਕਿਉਂਕਿ ਨਹੀਂ ਤਾਂ ਸਵਾਦ ਨਹੀਂ ਬਣਨੇ ਖਰਾਬ ਹੋ ਜਾਣਾ ਉਹਨੇ ਬਰਨ ਹੋ ਜਾਣਾ ਉਹਦੇ 'ਚੋਂ ਉਹਦੇ 'ਚ ਰੈਡਨੈਸ ਆ ਜਾਣੀ ਆ ਉਹਦੇ 'ਚ ਲਾਲ ਹੋ ਜਾਣਾ ਆ ਫਿਰ ਸੋ ਇਸ ਕਰਕੇ ਵਿਟਾਮਿਨ ਵੀ ਇਹਨੂੰ ਬਹੁਤ ਲੱਗਣਾ ਅਤੇ ਵਿਟਾਮਿਨ ਕਿੰਨਾ ਲੱਗਦਾ ਇਹਨੂੰ 20-25 ਮਿੰਟ ਲੱਗ ਜਾਂਦੇ 20-25 ਮਿੰਟ ਲੱਗ ਜਾਂਦੇ ਆ ਕਾੜਨ ਨੂੰ ਅਤੇ ਵੱਡਾ ਭਾਂਡਾ ਰੱਖਿਆ ਇਹਨਾਂ ਨੇ ਤਾਂ ਕਿ ਇਹਦੇ ਵਿੱਚੋਂ ਭਾਫ਼ ਨਿਕਲੀ ਜਾਵੇ ਜਿੰਨਾ ਵੱਡਾ ਭਾਂਡਾ ਹੋਊਗਾ ਉਨਾ ਵੈਪੋਰੇਸ਼ਨ ਉਹਦੀ ਜ਼ਿਆਦਾ ਵੈਪੋਰੇਟ ਉਹਨੇ ਤੇਜ਼ ਹੋਣਾ ਉਹਦਾ ਪਾਣੀ ਛੇਤੀ ਖਤਮ ਹੋਣਾ ਅਤੇ ਫਿਰ ਐਂਡ ਨੂੰ ਇਹਨੇ ਸੋਲਿਡ ਪਦਾਰਥ ਇਹਦੇ 'ਚ ਬਣ ਜਾਣਾ ਅਤੇ ਉਹਦੇ ਵਿੱਚ ਫਿਰ ਲੈਚੀਆਂ ਪੈਣੀਆਂ ਆ ਉਹਦੇ 'ਚ ਇਹਨਾਂ ਦੇ ਸੀਕਰੇਟ ਰੈਸਪੀ ਜਿਹੜੀ ਇਹਨਾਂ ਦੀ ਉਹਦੇ ਨਾਲ ਫਿਰ ਉਹ ਪੇੜੇ ਤਿਆਰ ਹੋਣੇ ਇਹ ਖੰਡ ਨੂੰ ਵੀ ਪੀਣਾ ਪੈਂਦਾ ਹੁਣ ਖੰਡ ਚਾਸ਼ ਨੂੰ ਇੰਨਾ ਕਿ ਪੂਰਾ ਕੁੱਟਣਾ ਪੈਂਦਾ ਹਾਂ ਲਓ ਜੀ ਹੁਣ ਬਣਨਾ ਖੋਆ ਜਿਹਦੀ ਉਡੀਕ ਕਰਦੇ ਸੀ ਲੱਗੀ ਗੱਲ ਬਣ ਗਈ ਗੱਲ ਸਾਡੀ ਯਾਤਰਾ ਬਹੁਤ ਵਧੀਆ ਰਹੀ ਅਤੇ ਆਹ ਦੇਖੋ ਅਸੀਂ ਪੇੜੇ ਵੀ ਲੈ ਲਏ ਅਤੇ ਇੰਨੇ ਨੂੰ ਸਾਨੂੰ ਸੱਜਣਾ ਦਾ ਫਿਰ ਫੋਨ ਆ ਗਿਆ ਕਹਿੰਦੇ ਅਸੀਂ ਹੁਣ ਹੋਰ ਪੇੜੇ ਕਾਢ ਦਿੱਤੇ ਨਵੇਂ ਅਤੇ ਅਸੀਂ ਵਿੱਚੋਂ ਵਿੱਚ ਪੌੜੀਆਂ ਚੜ੍ਹ ਕੇ ਫਿਰ ਦੁਬਾਰਾ ਹੋਰ ਪੇੜੇ ਲੈ ਕੇ ਆਏ ਲਓ ਜੀ ਅਤੇ ਹੁਣ ਅਸੀਂ ਪਹੁੰਚ ਗਏ ਹਾਂ ਜਲੰਧਰ ਅਤੇ ਫਿਰ ਅਸੀਂ ਘਰ ਜਾ ਕੇ ਖਾਵਾਂਗੇ ਰੋਟੀ ਰੋਟੀ ਦਾ ਕੀ ਖਾਣੀ ਆ ਪੇੜੇ ਬਹੁਤ ਖਾ ਲਏ ਰੋਟੀ ਕਿੱਥੇ ਖਾ ਹੋਣੀ ਆ ਰੋਟੀ ਕਿੱਥੇ ਖਾ ਹੋਣੀ ਆ ਇੰਨੇ ਪੇੜੇ ਖਾ ਕੇ ਪਰ ਫਿਰ ਅਸੀਂ ਜਾਣਾ ਸ਼ੋਅ 'ਤੇ ਅਤੇ ਸ਼ਾਮ ਨੂੰ ਤੁਹਾਨੂੰ ਰਾਤ ਦੇ ਸ਼ੋਅ ਦੀਆਂ ਫਿਰ ਇਸੇ ਵਲੌਗ ਦੇ ਵਿੱਚ ਤੁਸੀਂ ਝਲਕੀਆਂ ਦੇਖੋਗੇ ਕੁੜੀਆਂ ਨੂੰ ਟੌਪ ਦੇ ਸ਼ਕੀਰ ਚੰਗੇ ਲੱਗਦੇ ਆ ਕਰੇ
ਦੇ ਨਾਲ ਬੱਚਿਆ शुक्रिया मेरा व्लॉग मेरी जिंदगी देखने लई बहुत जल्दी अगले व्लॉग च मिलांगे आई लव माई हीरोज़।